पंजाबी खबरनामा देख रहे सारे दर्शकों प्यार भरी सत श्री अकाल। दीआं वड्डीआं खबरां NDPS दे पुराने मामले विच विधायक सुखपाल खहिरा दा पुलिस नूं मिलिया 2 दिनां दा रिमांड। नवनियुक्त पटवारियां दा वित्ती भत्ता वधा के होया 18,000 रुपए महीना। पंजाब सरकार वल्लों नोटिफिकेशन जारी। CM भगवंत मान दा वड्डा ऐलान, कहा पिंड मोरावाली च बहुत शानदार बनावांगी म्यूजियम ते लाइब्रेरी। गिरफ्तारी तों बाद सुखपाल खहिरा दा पहला वड्डा बयान आया सामने। CM भगवंत मान ते साधे वड्डे निशाने। हुण खबरां विस्तार नाल। विधानसभा हलका पलात तों कांग्रसी विधायक सुखपाल खहिरा नूं जलालाबाद दी मानयोग अदालत ने 2 दिनां दे पुलिस रिमांड ते भेज दिता है। जलालाबाद पुलिस NDPS दे एक पुराने मामले विच सुखपाल खहिरा तों पुछगिछ करेगी। जिक्रयोग है कि विधायक सुखपाल खहिरा नूं पुलिस ने कल सवेरे 6 बजे दे करीब उन्हां दी चंडीगढ़ स्थित रिहायश तों गिरफ्तार किया सी। पुलिस अनुसार यह कार्रवाई खहिरा खिलाफ 2015 दे NDPS मामले विच कीती गई है। पुलिस का कहना है कि सुखपाल खहिरा खिलाफ नशा तस्करी का पुराना मामला सी, जिस ते कार्रवाई करते हुए उन्होंने गिरफ्तार किया गया है। जानकारी मुताबिक सुखपाल खहिरा खिलाफ 2015 के एक पुराने ड्रग मामले में जांच चल रही है। हुण उन्होंने DIG की अगवाई वाली SIT की रिपोर्ट के आधार पर गिरफ्तार किया गया है। इस SIT 2 SSP ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 710 ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ। ਪਟਵਾਰੀਆਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਸੀ। ਮਾਨ ਸਰਕਾਰ ਨੇ ਨਵੀਂ ਨਿਯੁਕਤ ਕੀਤੇ ਗਏ 710 ਪਟਵਾਰੀਆਂ ਦਾ ਵਿੱਤੀ ਭੱਤਾ 5,000 ਰੁਪਏ ਤੋਂ ਵਧਾ ਕੇ 18,000 ਰੁਪਏ ਮਹੀਨਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨਾਂ ਪਹਿਲਾਂ ਪਟਵਾਰੀ ਨੂੰ ਵਿੱਤੀ ਭੱਤਾ ਵਧਾਉਣ ਦਾ ਭਰੋਸਾ ਦਿੱਤਾ ਗਿਆ ਸੀ। ਹੁਣ ਪੁਨਰਵਾਸ ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਸਤੰਬਰ ਨੂੰ ਕੀਤੇ ਗਏ ਸਨ, ਜਦੋਂ ਉਹਨਾਂ ਵੱਲੋਂ ਨਵ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਸ਼ਹੀਦ ਭਗਤ ਸਿੰਘ ਜੀ ਦੀ ਜੈਂਤੀ ਮੌਕੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਪਹੁੰਚੇ। ਇੱਥੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ CM ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਵਾਲੀ ਵਿੱਚ ਭਗਤ ਸਿੰਘ ਦਾ ਯਾਦਗਾਰ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਈ ਜਾਵੇਗੀ। ਗੜਸ਼ੰਕਰ ਤੋਂ ਸਾਡੇ MLA ਡਿਪਟੀ ਸਪੀਕਰ ਵਿਧਾਨ ਸਭਾ ਦੇ ਬੈਠੇ ਨੇ ਜੈ ਕਿਸ਼ਨ ਰੋੜੀ ਜੀ, ਭਗਤ ਸਿੰਘ ਹੋਰਾਂ ਦੇ ਨਾਨਕਾ ਪਿੰਡ ਮੋਰਾਵਾਲੀ ਗੜਸ਼ੰਕਰ 'ਚ ਪੈਂਦਾ, ਉੱਥੇ ਛੋਟੀ ਜਿਹੀ ਯਾਦਗਾਰ ਬਣੀ ਹੋਈ ਹੈ। ਡਿਪਟੀ ਸਪੀਕਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਨਾਨਕਾ ਪਿੰਡ ਨੂੰ ਵੀ ਲੋਕ ਦੇਖਣ ਜਾਇਆ ਕਰਨਗੇ। ਇੱਥੇ ਨਾਨਕੇ ਸੀ ਭਗਤ ਸਿੰਘ ਹੋਰ ਨੇ, ਉੱਥੇ ਉਹ ਸ਼ਾਨਦਾਰ ਇੱਕ ਯਾਦਗਾਰ ਅਤੇ ਉਹਨਾਂ ਦੇ ਮਿਊਜ਼ੀਅਮ ਲਾਇਬ੍ਰੇਰੀ ਮੋਰਾਂਵਾਲੀ ਪਿੰਡ 'ਚ ਬਣਾਈ। ਸੋ ਵੀਰੋ, ਆਪਾਂ ਇਸ ਮਕਸਦ ਲਈ ਜਿੱਥੇ ਆਏ ਹਾਂ ਕਿ ਇਹਨਾਂ ਦਾ ਘਰ ਜ਼ਰੂਰ ਦੇਖ ਕੇ ਆਇਓ। ਉੱਥੇ ਜਿਹੜਾ ਮੰਜਾ ਪਿਆ, ਉੱਥੇ ਘੜਾ ਪਿਆ, ਉੱਥੇ ਚੱਕੀ ਹੈ, ਗਲਾਸ ਪਏ ਨੇ ਪੁਰਾਣੇ ਜ਼ਮਾਨੇ ਵਾਲੇ। ਘਰ ਦੇਖ ਕੇ ਤੁਹਾਨੂੰ ਥੋੜ੍ਹਾ ਜਜ਼ਬਾ ਵਤਨ ਪ੍ਰਸਤੀ ਦਾ ਆਊਗਾ। ਇਸ ਮਿਊਜ਼ੀਅਮ ਨੂੰ ਵੀ ਅਪਗ੍ਰੇਡ ਕਰ ਰਹੇ ਹਾਂ ਤਾਂ ਕਿ ਲੋਕ ਆਉਣ ਤਾਂ ਰਸਤੇ 'ਚ ਇੱਥੇ ਰੁਕ ਕੇ ਦੇਖ ਕੇ ਜਾਣ ਕਿ ਸਾਡੇ ਕੋਲ ਕੀ ਖਜ਼ਾਨੇ ਪਏ ਨੇ ਸਾਡੇ ਸ਼ਹੀਦਾਂ ਦੇ। ਬਾਕੀ ਪੈਸਿਆਂ ਪੂਸਿਆਂ ਦੀ ਗੱਲ ਤਾਂ ਇਹਨਾਂ ਦੀਆਂ ਕੁਰਬਾਨੀਆਂ ਮੂਹਰੇ ਕੁਛ ਵੀ ਨਹੀਂ। ਉਹ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓਂ ਫਿਰ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ, ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਸੋ ਵੀਰੋ, ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਫਿਰ ਮਲਕ ਭਾਗੋ ਅਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਕਿਰਤ ਕਰੋ ਦਾ ਹੋਕਾ ਕੌਣ ਦਿੰਦਾ। ਸੋ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਦੂਜਿਆਂ ਵਾਸਤੇ, ਦੇਸ਼ ਵਾਸਤੇ ਅਤੇ ਦੂਜਿਆਂ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਨਾ, ਉਹਦਾ ਵੀ ਆਪਣਾ ਹੀ ਇੱਕ ਸਵਾਦ ਹੁੰਦਾ, ਉਹਦੇ ਵੀ ਆਪਣੀ ਇੱਕ ਜਨੂਨ ਹੁੰਦਾ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ, ਜ਼ਰੂਰ ਆਪਣੇ ਪਰਿਵਾਰਾਂ ਲਈ ਤਾਂ ਟਾਈਮ ਕੱਢਦੀ ਹਾਂ, ਹਰ ਬੰਦਾ ਆਪਣੇ ਪਰਿਵਾਰ ਲਈ ਫਿਰਦਾ, ਥੋੜ੍ਹਾ ਜਿਹਾ ਟਾਈਮ
पंजाब लई भी कढ लिया करो कि अज मैं किसी की हैल्प करदा, किसी गरीब की मूँह की बुरकी बन गया, किसी गरीब के बच्चे की किताब का एक वर्का बन जाओ, तो मेरे ख्याल से एदू बड़ा कोई पुन नहीं, क्योंकि गरीब की दुआ तो परमात्मा की दरगाह सीधा रस्ता, कोई बाईपास नहीं है बिच। सो जिहड़ियां दुआवां ने उही नाल जाणियां ने, नहीं तां बड़े बड़े आए सी खाली हाथ चले गए। एन डी पी एस एक्ट तहत कल तड़के चंडीगढ़ तो गिरफ्तार किए गए कांग्रेस के विधायक सुखपाल खहरा का पहला वड्डा बयान सामने आया है। सुखपाल खहरा ने कहा कि मेरे उत्ते सिर्फ कॉल रिकॉर्ड के आधार पर एन डी पी एस एक्ट तहत मामला दर्ज किया गया है। मैनू सुप्रीम कोर्ट तो राहत मिली हुई है, फिर भी विशेष जांच टीम मैनू नोटिस भेजती तो मैं आप उन्होंने को चले जाता। पाल खहरा ने कहा कि यह कार्रवाई बदलाखोरी तहत हो रही है। मेरे खून का तो प्यासा सीगा ही सीगा, आप सब नु पता वा। मेरे ते तीन एफ आई आर इस मुकदमे तो पहला भगवंत मान पर्सनल इंस्ट्रक्शन, स्वपन शर्मा जेड़ा इस एस आई टी का मुखी बनया ना, हुण इसे एस आई टी बनाई गई एक, ओदा भी मुखी स्वपन शर्मा उन्हू डिप्यूट किया गया चुन के खहरे नु ठोकना वा। यह बदलाव की राजनीति नहीं है मेरे वीरो, यह प्योर बदले की राजनीति है। और यह ऑफिसर्स दे उन्होंने हाथ टोके बन रहे ने जेड़े, यू नो आई एम वेरी सैडेंड दैट द पुलिस इज बिहेविंग लाइक पेड मर्सिनरीज ऑफ द पुलिस ऑफ द गवर्नमेंट, पेड मर्सिनरीज जिदा आपां पहाड़े दे नहीं लेके आई दे बदमाश, यह पुलिस का काम नहीं। दे आर सपोज टू गो बाय द रूल ऑफ कॉन्स्टिट्यूशन, दे आर सपोज टू गो बाय द रूल ऑफ लॉ। ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨ ਨੂੰ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਔਰ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਨੂੰ ਈਡੀ ਨੇ ਵੀ ਅਰੈਸਟ ਕੀਤਾ, ਈਡੀ ਨੇ ਵੀ ਇੰਡੀਪੈਂਡੈਂਟ ਵਿਟਨੈਸਿਸ ਬੁਲਾਉਣ ਦਿੱਤੇ ਸੀ ਮੈਨੂੰ, ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਊਡ। ਔਰ ਉਥੋਂ ਹੁਣ ਕਹਿੰਦੇ ਨੇ ਜੀ ਕੋਈ ਐਸ ਆਈ ਟੀ ਨੇ ਰਿਪੋਰਟ ਬਣਾਈ ਹੈ, 2015 ਦਾ ਐਨ ਡੀ ਪੀ ਐਸ ਕੇਸ ਹੈ, ਇੱਕ ਐਫ ਆਈ ਆਰ ਨੰਬਰ 35, ਉਸੇ ਕੇਸ ਰਿਪੀਟਡਲੀ ਮੈਨੂੰ ਇੰਪਲੀਕੇਟ ਕੀਤਾ ਜਾ ਰਿਹਾ। ਪਹਿਲਾਂ 2015 ਚ ਅਕਾਲੀ ਦਲ ਦੇ ਖਿਲਾਫ਼ ਸੀਗਾ ਤੇ ਉਹਨਾਂ ਨੇ ਮੈਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਝੂਠਾ ਜਿਹਾ ਕਾਲ ਰਿਕਾਰਡ ਬਣਾ ਲਿਆ। ਮੇਰੇ ਹਲਕੇ ਦਾ ਇੱਕ ਆਦਮੀ ਸਿਰਫ ਗੁਰਦੇਵ ਸਿੰਘ ਚੇਅਰਮੈਨ, ਚੰਗਾ ਬੰਦਾ ਸੀਗਾ, ਭਟਕ ਗਿਆ ਹੋਊਗਾ। ਉਹ ਜਦੋਂ ਐਫ ਆਈ ਆਰ ਹੋਈ 2015 ਚ, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ ਵੀ ਸਗੋਂ, ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ ਤੇ ਮੈਨੂੰ ਵੀ ਫਸਾਏਗਾ। ਸਿਰਫ ਭਰਾਓ ਮੀਡੀਆ ਵਾਲਿਓ ਔਰ ਪੰਜਾਬੀਓ, ਸਿਰਫ ਕਾਲ ਰਿਕਾਰਡ ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ, ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂੰਗਾ ਵੀ। ਸਿਰਫ ਕਾਲ ਦੇ ਆਧਾਰ ਦੇ ਉੱਤੇ ਮੈਨੂੰ ਐਨ ਡੀ ਪੀ ਐਸ ਬਾਰੇ ਇੱਕ ਸੀਰੀਅਸ ਜੁਰਮ ਦੇ ਵਿੱਚ, ਪਹਿਲਾਂ ਬਾਦਲਾਂ ਨੇ ਕਿਉਂਕਿ ਆਈ ਵਾਜ਼ ਫਾਈਟਿੰਗ ਦੈਮ, ਫਿਰ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਉਹਦਾ ਰਾਣਾ ਗੁਰਜੀਤ ਜਿਹੜਾ ਇਹ ਮੁੱਛੜ ਜਿਹਾ ਹੈਗਾ, ਜਦੋਂ ਇਹਨੂੰ ਮੈਂ ਘਟਾਇਆ ਉਸ ਮਾਈਨਿੰਗ ਵਾਲੇ ਕੇਸ ਚੋਂ, ਜੋ ਰੇਤਾ ਬਜਰੀ ਜਿਹੜਾ ਇਹਨੇ ਖਾਨ ਸਾਹਮਣੇ ਤੋਂ 25 ਕਰੋੜ ਰੁਪਇਆ ਬੇਨਾਮੀ ਬੋਲੀ ਦਿੱਤੀ, ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ ਇਸੇ ਐਫ ਆਈ ਆਰ 35 ਚ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, ਮੇਰੀ ਸਪੋਰਟ ਕਰਦਾ ਸੀ ਇਸ ਐਫ ਆਈ ਆਰ ਵਿਚ, ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ, ਬਲਜਿੰਦਰ ਕੌਰ, ਕੁਲਤਾਰ ਸੰਧਵਾ ਮੇਰੇ ਨਾਲ, ਇਸ ਐਫ ਆਈ ਆਰ ਨੂੰ ਕਹਿੰਦੇ ਸੀ ਝੂਠੀ ਆ। ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ 2017 ਚ, ਇਸੀ ਐਫ ਆਈ ਆਰ 35 ਮੇਰੇ ਸਮਨਿੰਗ ਸਟੇ ਕਰ ਦਿੱਤੀ, ਸਮਨਿੰਗ ਸਟੇ ਰਹੀ ਕਿਉਂਕਿ ਲੋ ਪੁਆਇੰਟ ਆ ਕਿ ਦੂਜਿਆਂ ਨੂੰ ਸਜ਼ਾ ਬਾਅਦ ਜਿਹੜੇ ਬੰਦੇ ਦਾ ਐਫ ਆਈ ਆਰ ਚ ਨਾਂ ਨਹੀਂ ਗਾ, ਚਲਾਨ ਚ ਨਾਮ ਨਾ, ਜਿਹਦੇ ਚ ਕੋਈ ਨੀ, ਜਿਹਦਾ ਦੋਸ਼ ਕੋਈ ਨੀਗਾ, ਉਹ ਅਦਾਲਤ ਸਮਨ ਕਰ ਸਕਿਆ। ਫਿਰ ਸੁਪਰੀਮ ਕੋਰਟ ਨੇ 5 ਜੱਜਿਸ ਦਾ ਬੈਂਚ ਕੰਸਟੀਟਿਊਟ ਕੀਤਾ, ਇੱਕ ਕੰਸਟੀਟਿਊਸ਼ਨਲ ਬੈਂਚ, ਉਸ ਬੈਂਚ ਨੇ ਇਸੇ ਐਫ ਆਈ ਆਰ 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਦੇ ਕੋਲੋਂ, ਉਹਨੂੰ ਪੋਸਟ ਕਰ ਦਿੱਤਾ। ਔਰ ਇਸੇ ਐਫ ਆਈ ਆਰ ਦੇ ਆਧਾਰ ਤੇ ਬੀਜੇਪੀ ਨੇ ਆਪਣਾ ਗੁੱਸਾ ਕੱਢਿਆ, ਕਿਉਂਕਿ ਮੁਆਹ ਦੇ ਕੇਸ ਲੜਦਾ ਸੀ, ਕਿਸਾਨਾਂ ਦੇ ਅੰਦੋਲਨ ਵਿਚ ਹਿੱਸਾ ਲੈਂਦਾ ਸੀ, ਇਸੇ ਐਫ ਆਈ ਆਰ ਨੂੰ ਆਧਾਰ ਬਣਾ ਕੇ ਮੇਰੇ ਤੇ ਉਹਨਾਂ ਨੇ ਪੀ ਐਮ ਐਲ ਏ ਦਾ ਕੇਸ ਬਣਾ ਦਿੱਤਾ। ਹੁਣ ਮੈਂ ਤਾਂ ਹਾਈ ਕੋਰਟ ਗਿਆ ਸੀਗਾ ਕਿ ਜਦ ਮੇਰੀ ਆ ਸਮਨਿੰਗ, ਕੋਰਟ ਦੀ ਸਮਨਿੰਗ ਹੀ ਖਤਮ ਹੋ ਗਈ ਆ ਐਫ ਆਈ ਆਰ 35 ਚ, ਤੇ ਮੈਂ ਤਾਂ ਹਾਈ ਕੋਰਟ ਗਿਆ ਹੋਇਆ ਕਿ ਕੋਸ਼ ਕਰ ਦਿਓ ਸਾਰਾ ਮਾਮਲਾ। ਕੋਸ਼ਿੰਗ ਦੀ ਮੇਰੀ 6 ਅਕਤੂਬਰ ਡੇਟ ਲੱਗੀ ਹੋਈ ਆ ਫੋਰ ਸਟੇਇੰਗ ਦ ਪ੍ਰੋਸੀਡਿੰਗ ਆਫ ਪੀ ਐਮ ਐਲ ਏ ਕੋਰਟ। ਇਧਰੋਂ ਉਸੀ ਐਫ ਆਈ ਆਰ ਚ ਭਗਵੰਤ ਮਾਨ ਜਦੋਂ ਮੇਰੇ ਨਾਲ ਬਹਿ ਕੇ ਸਪੋਰਟ ਕਰਦਾ ਸੀ ਕੁਲਤਾਰ ਸੰਧਵਾ ਤੇ ਅਮਨ ਅਰੋੜਾ, ਉਸੀ ਐਫ ਆਈ ਆਰ ਚ ਹੁਣ ਇਹਨਾਂ ਨੂੰ ਮੈਂ ਦੋਸ਼ੀ ਲੱਗਣ ਲੱਗ ਗਿਆ, ਕਿਉਂਕਿ ਇਹਨਾਂ ਦੇ ਕੋਲ ਹੋਰ ਕੁਝ ਹੈ ਨਹੀਂ ਸੀਗਾ। ਪਹਿਲਾਂ ਜਿਹੜੇ ਪਰਚੇ ਦਰਜ ਕੀਤੇ ਉਹਦੇ ਚ ਮੇਰੀ ਐਂਟੀਸਪੇਟਰੀ ਬੇਲ ਹੋਈ, ਤੇ ਹੁਣ ਇਹਨਾਂ ਨੇ ਮੈਨੂੰ ਅਰੈਸਟ ਕੀਤਾ ਉਸੇ ਐਫ ਆਈ ਆਰ। ਔਰ ਸੁਣੋ,
बिल्कुल यही चार्जेस कि कॉल रिकॉर्ड सी जी, ड्रग मनी सी जी, सारा झूठो झूठ बना के यही तो चलान मेरा ईडी का वा। यही 78 दिन 80 दिन मैं जेल कटी आ और हाई कोर्ट के जज साहब ने मैनू रेगुलर बेल ग्रांट की है। इसे इल्जाम च कैन यू पनिश अ परसन अगेन एंड अगेन फॉर द सेम क्राइम वन टाइम टू टाइम थ्री टाइम्स। आ साडे देश दा इस वक्त पंजाब दे विच गुंडियां दा राज बदमाशां दा और ए अचल ओ एसआईटी दे मैनू अफसोस लास्ट मिनट जी एक मिनट एसआईटी दे मैनू अफसोस है व्हाट इज एसआईटी स्पेशल इन्वेस्टिगेटिंग टीम पंछाओ दा हैगा इहदा अर्ज नहीं सी बंदा मैं इलेक्ट एमएलए आ थ्रस्ट फॉर लीडर ऑफ अपोजिशन ए मैनू एमएस भेजदा जांदा मेरी गल तां सुन लैंदा मेरे सुप्रीम कोर्ट दे ऑर्डर्स दा देख लैंदा मेरी हाई कोर्ट दी बेल देख लैंदा बस किसे तरीके नाल खून दे प्यासे होए सीगे। Like I said, I'm saddened. Officers like Swapan Sharma, who have become paid mercenaries, इन्हें दुख है इस गल दा वा इन्हों का काम है संविधान तनखा देने किसे मंद मान दुत्ती चाहिए तो तनखा लेनी चाहिए और भगवंत सुन ला तू चंगी तरह नाल।